ਇਰਿਆਕਲ ਦੋਸਤੋ ਅੱਜ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੁਹਾਡਾ ਸਾਂਝੀ ਕਰਾਂਗੇ ਅੱਜ ਦੀ ਵੱਡੀ ਖਬਰਿਆ ਮਲਾਜ਼ਮਾਨਾ ਸੰਬੰਧਿਤ ਹੈ ਪੰਜਾਬ ਦੇ ਮਲਾਜ਼ਮਤ ਦੀ ਕੈਬਨਿਟ ਸਬ ਕਮੇਟੀ ਦੇ ਨਾਲ ਮੀਟਿੰਗ ਪੱਤਰ ਜਾਰੀ ਕੈਬਨਿਟ ਸਬ ਕਮੇਟੀ ਕਮੇਟੀ ਦੇ ਵੱਲੋਂ ਪੰਜਾਬ ਦੇ ਮਲਾਜ਼ਮਾ ਦੀਆਂ ਵੱਖ-ਵੱਖ ਯੂਨੀਅਨ ਦੇ ਨਾਲ 22 ਨਵੰਬਰ ਨੂੰ ਮੀਟਿੰਗ ਕੀਤੀ ਜਾਵੇਗੀ ਪੂਰੀ ਖਬਰ ਦੇਖਣ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਤੁਹਾਨੂੰ ਮੁਲਾਜ਼ਮਾ ਨਾਲ ਸੰਬੰਧਿਤ ਹਰ ਖਬਰ ਮਿਲ ਸਕੇ ਸ਼ੁਰੂ ਕਰਦੇ ਆਂ ਅੱਜ ਦੀ ਵੱਡੀ ਖਬਰ ਦੇ ਨਾਲ ਵਿਸ਼ਾ ਕੈਬਨਿਟ ਸਬ-ਕਮੇਟੀ ਦੀ ਮੀਟਿੰਗ 22 11 2023 ਨੂੰ ਵੱਖ-ਵੱਖ ਯੂਨੀਅਨ ਦੀਆਂ ਮੰਗਾਂ ਸੰਬੰਧੀ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਜਿਹੜੀ ਹੋਣ ਵਾਲੀ ਹੈ ਮੀਟਿੰਗ ਸੰਬੰਧੀ ਵਿਸ਼ਾ ਅੰਕਿਤ ਮਾਮਲੇ ਸੰਬੰਧੀ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਤਮੰਤਰ ਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਕੈਬਨਿਟ ਸਬ-ਕਮੇਟੀ ਦੀ ਲਿਖੇ ਅਨੁਸਾਰ ਵੱਖ-ਵੱਖ ਯੂਨੀਅਨ ਦੀਆਂ ਮੰਗਾ ਸਬੰਧੀ ਮੀਟਿੰਗ 22 11 2023 ਨੂੰ 50 ਪਾਵਨ ਸੈਕਟਰ 3 ਚੰਡੀਗੜ੍ਹ ਮੀਟਿੰਗਸ ਨਿਸ਼ਚਿਤ ਕੀਤੀ ਹੈ ਸੈਕਟਰ 3 ਚੰਡੀਗੜ੍ਹ ਵਿਖੇ ਮੀਟਿੰਗ ਨਿਸ਼ਚਿਤ ਕੀਤੀਆਂ ਗਈਆਂ ਹਨ ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਭ ਯੂਨੀਅਨ ਜਥੇਬੰਦੀਆਂ ਦੇ ਵੱਲੋਂ ਕੇਵਲ 4 ਵਿਅਕਤੀ ਨੂੰ ਸੂਚਿਤ ਕਰ ਦਿੱਤਾ ਜਾਵੇ ਤੇ ਇੱਕ ਇਸ ਦਾ ਇੱਕ ਉਤਾਰਨ ਇਸ ਵਿਭਾਗ ਨੂੰ ਸੂਚਿਤ ਹਿੱਤ ਭੇਜਿਆ ਜਾਵੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ 22 11 2023 ਸਮਾ 11:00 ਵਜੇ ਪੰਜਾਬ ਪਾਵਨ ਸੈਕਟਰ ਤਿੰਨ ਚੰਡੀਗੜ੍ਹ ਜਿਹੜਾ ਕਿ ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਮਿਤੀ ਜਿਹੜੇ 22 11 2023 ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਸਵੇਰੇ 11:30 ਵਜੇ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ 22 11 2023 ਸਮਾਂ 12:00 ਵਜੇ ਜਿਹੜਾ ਕਿ ਦੁਪਹਿਰ ਸਥਾਨ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ 22 11 23 ਸਮਾਂ ਦੁਪਹਿਰ ਸਵਾ 12:00 ਵਜੇ ਪੰਜਾਬ ਸੈਕਟਰ 3 ਚੰਡੀਗੜ੍ਹ ਦਫ਼ਤਰੀ ਕਰਮਚਾਰੀ ਯੂਨੀ ਪੰਜਾਬ 22 11 2023 ਸਮਾਰ ਬਾਰ ਦੁਪਹਿਰ ਜਿਹੜਾ ਕਿ 12 ਵਜੇ ਪੰਜਾਬ ਪਵਨ ਸੈਕਟਰ ਤੇ ਹੋਰੀ ਇੱਕ ਅਪਡੇਟ ਹੈ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਸ਼ ਕਮੇਟੀ ਦੇ ਕਨਵੀਰ ਜਸਵੀਰ ਸਿੰਘ ਤਲਵਾੜਾ ਦੀ ਅਗਵਾਈ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਚੰਡੀਗੜ੍ਹ ਹੋਵੇਗੀ ਮੀਟਿੰਗ ਦੇ ਵਿੱਚ 2004 ਤੋਂ ਭਰਤੀ ਹੋਏ ਮਲਾਸਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਸਬੰਧਿਤ ਗੱਲਬਾਤ ਹੋਈ ਵਿੱਤ ਮੰਤਰੀ ਨੇ ਪ੍ਰੋਸਾਦ ਦਵਾਇਆ ਕਿ ਤੁਹਾਡੀਆਂ ਮੰਗਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਜਿਹੜਾ ਕਰਵਾਇਆ ਜਾਵੇਗਾ ਉਸ ਤੋਂ ਬਾਅਦ ਮੀ ਜਸਵੀਰ ਸਿੰਘ ਤਲਵਾੜਾ ਨੇ ਕਿਹਾ ਕਿ ਦੋ ਦੁਬਾਰਾ ਵੀਤਮਨ ਦੇ ਹਰਪਾਲ ਸਿੰਘ ਜੀ ਮਾ ਨਾਲ ਮੀਟਿੰਗ ਜਿਹੜੀ 20 ਨਵੰਬਰ ਨੂੰ ਹੋਵੇਗੀ ਸੀਪੀਐਫ ਕਰਮਚਾਰੀ ਯੂਨੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਜੇਕਰ ਮੀਟਿੰਗਾਂ ਦੇ ਵਿੱਚ ਪੇਪ ਕਮਿਸ਼ਨ ਏਰੀਆ ਦਾ ਤੇ ਪੁਰਾਣੀ ਪੈਨਸ਼ਨ ਦਾ ਮਲਾਜ਼ਮਾਂ ਦੇ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਜਿਹੜਾ ਕੀਤਾ ਜਾਵੇਗਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਸਾਡੇ ਚੈਨਲ ਤੇ ਆ ਰਹੀ ਹੈ ਵੀਡੀਓ ਵਧੀਆ ਲੱਗੇ ਚੈਨਲ ਸਬਸਕ੍ਰਾਈਬਰ ਕਰ ਧੰਨਵਾਦ ਜੀ